ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੈਸੇ ਜਲ ਤੇ ਬੁਦਬੁਦਾ, ਉਪਜੈ ਬਿਨਸੈ ਨੀਤ, ਜਗ ਰਚਨਾ ਤੈਸੇ ਰਚੀ ਕਹੋ ਨਾਨਕ ਸੁਣ ਮੀਤ। ਬੰਦੇ ਦੀ ਜ਼ਿੰਦਗੀ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਪਾਣੀ ਦੇ ਬੁਲਬਲੇ ਵਾਂਗੂ ਲਿਖਦੇ ਹੈ। ਹਰ ਇੱਕ ਇਨਸਾਨ ਨੂੰ ਪਤਾ ਹੈ ਕਿ ਆਪੋ ਆਪਣੀ ਵਾਰੀ ਸਾਹਮਣੇ ਤੁਰ ਜਾਣਾ ਹੈ, ਪਰ ਕੋਈ ਹਾੜੀ ਛੱਡ ਜਾਂਦਾ ਹੈ, ਕੋਈ ਸੌਣੀ ਛੱਡ ਜਾਂਦਾ ਹੈ, ਫਿਰ ਵੀ ਬੰਦਾ ਹੰਕਾਰ ਦੇ ਵਿੱਚ ਮੇਰੀ ਮੇਰੀ ਕਰਦਾ ਤੁਰਿਆ ਫਿਰਦਾ ਹੈ। ਕਿਸੇ ਨੂੰ ਹੁਸਨ ਦਾ ਹੰਕਾਰ ਹੈ, ਕਿਸੇ ਨੂੰ ਜਵਾਨੀ ਦਾ ਹੰਕਾਰ ਹੈ, ਕਿਸੇ ਨੂੰ ਹਕੂਮਤ ਦਾ ਹੰਕਾਰ ਹੈ, ਕਿਸੇ ਨੂੰ ਹਥਿਆਰਾਂ ਦਾ ਹੰਕਾਰ ਹੈ, ਤੇ ਕਿਸੇ ਨੂੰ ਸਟਾਰਾਂ ਦਾ ਹੰਕਾਰ ਹੈ। ਪਰ ਕੋਈ ਸ਼ਾਇਰ ਕਹਿੰਦਾ ਹੈ, ਸੀਨ ਸੋਚ ਲੈ ਅਕਲ ਦੇ ਨਾਲ ਬਹਿ ਕੇ, ਤੇਰੀ ਰੋਜ਼ ਨਹੀਂ ਗਾਫਲਾ ਤੜੀ ਰਹਿਣੀ, ਕਰਨੀ ਸ਼ਹਿਰ ਨਾ ਉੱਡਣ ਖਟੋਲਿਆਂ ਤੇ, ਬੱਗੀ ਸਦਾ ਨਹੀਂ ਤਵੇਲੇ ਖੜੀ ਰਹਿਣੀ, ਸਦਾ ਜੇਠ ਨਾ ਹਾੜ ਦੀ ਧੁੱਪ ਰਹਿਣੀ, ਕਦੇ ਸਦਾ ਨਹੀਂ ਸੌਣ ਦੀ ਝੜੀ ਰਹਿਣੀ, ਐਵੇਂ ਕਿਉਂ ਅਲਬੇਲੇ ਮਾਣ ਕਰਦਾ ਗੁੱਡੀ, ਸਦਾ ਨਹੀਂ ਅਸਮਾਨੀ ਚੜੀ ਰਹਿਣੀ। ਪਤਾ ਨਹੀਂ ਕਿਹੜੇ ਦਿਨ ਇਹ ਸੋਹਣੇ ਪਿੰਜਰੇ ਨੂੰ ਛੱਡ ਕੇ ਭੌਰ ਲੰਬੀਆਂ ਉਡਾਰੀਆਂ ਮਾਰ ਜਾਵੇ, ਲੇਖਾ ਦੇਣਾ ਪੈਣਾ ਹੈ। ਆਖਰ ਨੂੰ ਜਮਾਂ ਦਾ ਪਕੜਿਆ ਬੰਦਾ ਸਾਈਂ ਦੇ ਦਰਬਾਰ ਦੇ ਵਿੱਚ ਖਲੋਤਾ ਪਿਛਲੀਆਂ ਗੱਲਾਂ ਯਾਦ ਕਰਕੇ ਇਉਂ ਪਛਤਾਉਂਦਾ ਬਈ। ਜਦੋਂ ਲੇਖਾ ਮੰਗ ਲੈਣਾ ਦੱਸ ਦੇ ਕੀ ਛੁੱਟੇਗਾ ਕਹਿ ਕੇ। ਇਹ ਸੱਜਣ ਜਾਣੇ ਨਾ ਜਿਹੜੇ ਪਰਮ ਸਫਾਈਆਂ ਬੰਦਿਆ, ਤੈਨੂੰ ਦੁੱਖੜੇ ਦੇਣਗੀਆਂ ਤੇਰੀਆਂ ਬੇਪਰਵਾਈਆਂ ਬੰਦਿਆ, ਤੈਨੂੰ ਦੁੱਖੜੇ ਦੇਣਗੀਆਂ ਤੇਰੀਆਂ ਬੇਪਰਵਾਈਆਂ ਬੰਦਿਆ। ਕਦੇ ਸੁਣ ਕੇ ਦੇਖੀ ਨਾ ਸੋਹਣਿਆ ਗੁਰੂ ਨਾਨਕ ਦੀ ਬਾਣੀ, ਕਦੇ ਸੁਣ ਕੇ ਵੇਖੀ ਨਾ ਸੋਹਣਿਆ ਗੁਰੂ ਨਾਨਕ ਦੀ ਬਾਣੀ, ਫੇਰ ਵੇਲਾ ਮਿਲਣਾ ਨਾ ਜਿਸ ਦਿਨ ਹੋ ਗਈ ਖਤਮ ਕਹਾਣੀ। ਹੁਣ ਪੁਰੀਆਂ ਲੱਗਣ ਬੰਦਿਆ।
देनगियां तेरियां बेपरवाहियां बंदिया सावे किन्नी फबदी ए गोरे गलते काली कानी सावे किन्नी फबदी ए गोरे गलते काली कानी सावे लख बना ले तू दिल पर यार दिला दे जानी गरीब भाई लालो दी कुल्ली तो आरंभ किया। मालक भागो दियां पूरियां ठुकरा के सतगुरां ने भाई लालो दी कोधरे दी रोटी नूं जमाया। जद गुरु जी ने दूजी बार सैदपुर विच चरण पाए ते बाहर रोड़ां दी बिछाई करके सतगुरु बराज गए अते भाई लालो नूं सद्दा भेजिया। जिवें मिर्ग नाद दी आवाज सुन के दौड़िया आउंदा है भाई लालो पहुंच गया। सतगुरां ने बड़े प्यार दे नाल कहा सुना भाई लालो जी की हाल है। गरीब लालो गरीबी अते हाकमां दियां झिड़कां दा दबिया होया सी। उसदे कन्नां दे विच इन्नी मिठी आवाज पई जो उसने कदे नहीं सुनी सी। गलबात करदे भाई लालो ने सैदपुर दे पठान हाकमां दियां जुल्मी करतूतां सतगुरां दे सामने इउं दसियां बई जो कुछ लालो कह रहे हैं। बलदेव सिंह बिल्लू जसवंत सिंह दीवाना ते दर्शन सिंह पूला यूं बयान कर दिया भाई। हाकम हो गए सब हंकारी जद इमनाबाद विच सी हाकम हो गए सब हंकारी ना तरस जरा कर दे ओना हाथ विच फड़ी कटारी लौ
ਹੱਦ ਹੋ ਗਈ ਜ਼ੁਲਮਾਂ ਦੀ, ਪਾਪੀ ਕਰਦੇ ਨੇ ਮਨਮਾਨੀ। ਅੱਜ ਰੋਂਦੀਆਂ ਮਾਵਾਂ ਦੇ, ਮਾਵਾਂ ਦੇ, ਰੋਂਦੀਆਂ ਮਾਵਾਂ ਦੇ, ਕਿਹੜਾ ਦਰਦੀ ਦਰਦ ਵੰਡਾਵੇ। ਅੱਜ ਰੋਂਦੀਆਂ ਮਾਵਾਂ ਦੇ, ਕਿਹੜਾ ਦਰਦੀ ਦਰਦ ਵੰਡਾਵੇ। ਕੋਈ ਦੱਸਦਾ ਸੂਰਾ ਨਾ, ਕੋਈ ਦੱਸਦਾ ਸੂਰਾ ਨਾ, ਜਿਹੜਾ ਠੱਲ ਜ਼ੁਲਮ ਨੂੰ ਪਾਵੇ। ਹੱਥ ਚੁੱਕੀ ਪਠਾਣਾ ਨੇ, ਦੌਰਾ ਕਰਦੇ ਨਿੱਤ ਤੂਫਾਨੀ। ਹੱਦ ਹੋ ਗਈ ਜ਼ੁਲਮਾਂ ਦੀ, ਪਾਪੀ ਕਰਦੇ ਨੇ ਮਨਮਾਨੀ। ਹੱਦ ਹੋ ਗਈ ਜ਼ੁਲਮਾਂ ਦੀ, ਪਾਪੀ ਕਰਦੇ ਨੇ ਮਨਮਾਨੀ। ਜਾ ਆਦਮ ਖੋਰਾ, ਹੱਦ ਹੋ ਗਈ ਜ਼ੁਲਮਾਂ ਦੀ, ਪਾਪੀ ਕਰਦੇ ਨੇ ਮਨਮਾਨੀ। ਹੱਦ ਹੋ ਗਈ ਜ਼ੁਲਮਾਂ ਦੀ, ਪਾਪੀ ਕਰਦੇ ਨੇ ਮਨਮਾਨੀ। ਗਰੀਬਾਂ ਦੇ ਨਾਲ ਅਨਿਆ ਹੁੰਦਾ ਸੁਣ ਕੇ ਦੁਖੀਆਂ ਦੇ ਦਰਦੀ ਦਾ ਦਰਦ ਨਾਲ ਦਿਲ ਭਰ ਗਿਆ। ਸਤਿਗੁਰੂ ਨੇ ਅੱਖਾਂ ਬੰਦ ਕੀਤੀਆਂ, ਕੁਝ ਚਿਰ ਸੋਚਦੇ ਰਹੇ, ਫੇਰ ਲਾਲੋ ਵੱਲ ਵੇਖ ਕੇ ਕਹਿਣ ਲੱਗੇ, ਭਾਈ ਲਾਲੋ, ਮੇਰੇ ਮਾਲਕ ਦਾ ਹੁਕਮ ਕੁਝ ਇਉਂ ਆਇਆ। ਸਤਿਗੁਰੂ ਕਹਿਣ ਲੱਗੇ, ਜੈਸੀ ਮੈਂ ਆਵਾ ਖਸਮ ਕੀ ਬਾਣੀ, ਤੈਸੜਾ ਕਰੀ। ਗਿਆਨ ਵੇ ਲਾਲੋ, ਪਾਪ ਕੀ ਜੰਝ ਲੈ ਕਾਬਲੋ ਧਾਇਆ, ਜੋਰੀ ਮੰਗਾ ਦਾਨ ਵੇ ਲਾਲੋ, ਸ਼ਰਮ ਧਰਮ ਦੋਏ ਛੁੱਪ ਖਲੋਏ, ਕੂੜ ਫਿਰੇ ਪ੍ਰਧਾਨ ਵੇ ਲਾਲੋ। ਲਾਲੋ ਅੱਤ ਦਾ ਤੇ ਰੱਬ ਦਾ ਵੈਰ, ਥੋੜੇ ਦਿਨ ਹੋਰ ਉਡੀਕ, ਹਾਕਮਾਂ ਨੂੰ ਕੀਤੀ ਦਾ ਫਲ ਭੁਗਤਣਾ ਪਵੇਗਾ, ਇਹਨਾਂ ਨੂੰ ਡੰਡ ਦੇਣ ਵਾਲਾ ਵੀ ਡੱਡ ਆ ਰਿਹਾ ਹੈ। ਆ ਉੱਚੀਆਂ ਟਾਰੀਆਂ ਧਰਤੀ ਵਿੱਚ ਰਲ ਜਾਣਗੀਆਂ, ਗੀਤਾਂ ਦੀ ਥਾਂ ਕੀਰਨੇ ਸੁਣਾਈ ਦੇਣਗੇ, ਸੰਧੂਰ ਵਾਲੀਆਂ ਮਾਂਗਾਂ ਮਿੱਟੀ ਨਾਲ ਭਰ ਜਾਣਗੀਆਂ। ਇੱਥੇ ਮਾਵਾਂ ਨੇ ਪੁੱਤ ਤੇ ਭੈਣਾਂ ਦੇ ਵੀਰ ਵਿਛੜ ਜਾਣਗੇ। ਭਾਈ ਲਾਲੋ ਨੂੰ ਸਤਿਗੁਰੂ ਇਉਂ ਕਹਿਣ ਲੱਗਿਆ, ਬਈ ਵਚਨ ਵਿਚਾਰਾਂ ਦੇ,
ਮੇਰੇ ਮਾਤੇ
ਹਾਕਮ ਪਠਾਨ ਅੱਗੇ ਵੱਧ ਕੇ ਮੈਦਾਨ ਦੇ ਵਿੱਚ ਨਿਤਰੇ, ਪਰ ਅਖਲਾਕ ਤੇ ਜਾਂ ਕਰੈਕਟਰ ਤੋਂ ਗਿਰਿਆ ਬੰਦਾ ਮੈਦਾਨ ਵਿੱਚ ਖਲੋ ਕੇ ਲੜ ਨਹੀਂ ਸਕਦਾ। ਇਸ ਤਰ੍ਹਾਂ ਸੈਦਪੁਰ ਦੇ ਪਠਾਨ ਬਾਬਰ ਦੀ ਤਲਵਾਰ ਦੇ ਸਾਹਮਣੇ ਅੜ ਨਹੀਂ ਸਕੇ। ਕੁਛ ਮਾਰੇ ਗਏ ਤੇ ਕੁਝ ਮੈਦਾਨ ਛੱਡ ਕੇ ਭੱਜ ਗਏ। ਜੇਤੂ ਬਾਬਰ ਨੇ ਸਾਰਾ ਗੁੱਸਾ ਨਿਰਦੋਸ਼ਾਂ ਉੱਤੇ ਕੱਢਿਆ। ਪਲਾਂ ਵਿੱਚ ਬਸਦੇ ਘਰ ਖੰਡਰ ਬਣ ਗਏ, ਦੱਬੀਆਂ ਹੋਈਆਂ ਦੌਲਤਾਂ ਕਢਾਈਆਂ ਗਈਆਂ, ਆਕੜੀਆਂ ਤੌਣਾ ਤਲਵਾਰਾਂ ਦੇ ਨਾਲ ਚੁਕਾਈਆਂ ਗਈਆਂ। ਗਲੀਆਂ ਦੇ ਵਿੱਚ ਲੋਥਾਂ ਦੇ ਢੇਰ ਲੱਗ ਗਏ, ਜਿਹੜੇ ਬਚ ਗਏ ਉਹ ਕੈਦੀ ਬਣਾ ਲਏ ਗਏ। ਬਾਲ ਬੱਚੇ ਇਸਤਰੀਆਂ ਟੱਕਾਂ ਬਗ ਬੰਨ ਕੇ ਅੱਗੇ ਲਾ ਲਈਆਂ। ਲੁੱਟ ਦਾ ਮਾਲ ਬੰਨ ਕੇ ਪੰਡਾਂ ਕੈਦੀਆਂ ਦੇ ਸਿਰਾਂ ਉੱਤੇ ਰੱਖ ਕੇ ਬਾਬਰ ਆਪਣੇ ਡੇਰੇ ਵੱਲ ਨੂੰ ਇਉਂ ਲੈ ਤੁਰਿਆ। ਬਾਬਰ ਜਾਬਰ ਲੁੱਟ ਪੁੱਟ ਕਰਕੇ ਇਮਨਾਬਾਦ ਦੀ, ਬਾਬਰ ਜਾਬਰ ਲੁੱਟ ਪੁੱਟ ਕਰਕੇ ਇਮਨਾਬਾਦ ਦੀ, ਕੱਠਾ ਮਾਲ ਮਤਾ ਕਰ ਸੀ ਗੰਡਾ ਬਨ ਭਾਈਆ, ਕੱਠਾ ਮਾਲ ਮਤਾ ਕਰ ਸੀ ਗੰਡਾ ਬਨ ਭਾਈਆ। ਦੱਬੀ ਧਰਤੀ ਦੇ ਵਿੱਚ ਦੌਲਤ ਸ਼ਾਹੂਕਾਰਾਂ ਦੀ, ਫੜ ਫੜ ਤੋੜੋ ਉਹਨੇ ਗਾਗਰਾਂ ਕਢਵਾਈਆਂ, ਫੜ ਫੜ ਤੋੜੋ ਉਹਨੇ ਗਾਗਰਾਂ ਕਢਵਾਈਆਂ। ਬਾਹਰ ਮੰਗਦਿਆਂ ਨੂੰ ਜੋ ਖੈਰ ਪੌਣ ਨਾ ਆਈਆਂ, ਬਾਹਰ ਮੰਗਦਿਆਂ ਨੂੰ ਜੋ ਖੈਰ ਪੌਣ ਨਾ ਆਈਆਂ। ਬੰਨ ਕੇ ਬੰਦਾ ਉਹ ਤਾਂ ਤੋਰ ਲਈਆਂ ਵੱਲ ਕੈਂਪਾਂ ਦੇ, ਬੰਨ ਕੇ ਬੰਦਾ ਉਹ ਤਾਂ ਤੋਰ ਲਈਆਂ ਵੱਲ ਕੈਂਪਾਂ ਦੇ, ਲੁੱਟਦੇ ਮਾਲ ਦੀਆਂ ਸੀ ਪੰਡਾਂ ਸਿਰ ਚੁਕਵਾਈਆਂ, ਲੁੱਟਦੇ ਮਾਲ ਦੀਆਂ ਸੀ ਪੰਡਾਂ ਸਿਰ ਚੁਕਵਾਈਆਂ। ਕੰਤਾ ਨੂੰ
पत्थर पानी वही पत्थर पानी बन गए सुन के शांत पुकारानू कीता रहम जराना बाबर द्यास पाइया ओ कीता रहम जराना बाबर द्यास पाइया गुरु नानक निरंकारी ते मर्दाने नू भी कैदियां दे नाल फड़ लिया गया गुरु साहिबां दे सिर दे उत्ते आम कैदियां वांग गठड़ी चुकी होई सी मर्दाने कोल गठ तों इलावा कोड़ा फड़िया होया सी रेशमी पर्दियां दे विच रहण वालियां सुंदरियां सिरां ते पार चुकी जा रहियां सन मजलूमां दियां तेज हो रहियां पकारां हजूर दे अंदर तूफान मचा दिता ए दुर्घटना वेख के हजूर दा मन भर आया गुरु जी कहन लगे बेक भाई मरदाने करतार दे रंग कल दे हकम अज कैदी बन गए जिन्ना ने घड़े दे विचों पानी पाके कदे आप नहीं पीता सी अज ओ सिर दे उत्ते भार चुके जा रही कल दियां संदूर वालियां मांगा दे विच मिट्टी पै रही है इस कुदरत दे भाणे नू सतगुरु धन गुरु नानक देव साहिब महाराज मरदाने नू ਇਉਂ ਸਮਝਾ ਰਹੇ ਆ ਸਤਿਗੁਰੂ ਸੱਚੇ ਮਰਦਾਨੇ ਨੂੰ ਕਹਿਣ ਲੱਗੇ ਅਣੋਖੇ ਰੰਗ
ਪਾਸੇ ਸਣੇ ਗੁਰੂ ਨਾਨਕ ਤੇ ਮਰਦਾਨੇ ਦੇ ਕੈਦੀਆਂ ਨੂੰ ਬੰਦੀ ਖਾਨੇ ਵਿੱਚ ਪਹੁੰਚਾ ਦਿੱਤਾ, ਜਿੱਥੇ ਆਟਾ ਪੀਣ ਵਾਲੀਆਂ ਚੱਕੀਆਂ ਰੱਖੀਆਂ ਹੋਈਆਂ ਸੀ, ਜਿਨ੍ਹਾਂ ਸੁੰਦਰੀਆਂ ਨੇ ਕਦੇ ਪਲੰਘ ਤੋਂ ਪੈਰ ਨਹੀਂ ਸੀ ਲਾਹਿਆ, ਘੜੇ ਵਿੱਚੋਂ ਪਾ ਕੇ ਹੱਥੀ ਪਾਣੀ ਨਹੀਂ ਸੀ ਪੀਤਾ, ਅੱਜ ਉਹ ਚੱਕੀਆਂ ਪੀਣ ਲੱਗੀਆਂ ਹੋਈਆਂ। ਨਾਲੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਤੇ ਮਰਦਾਨਾ ਵੀ ਚੱਕੀ ਪੀ ਰਹੇ ਸਨ। ਸਾਰੀ ਜੇਲ੍ਹ ਵਿੱਚ ਹਾਹਾਕਾਰ ਮੱਚੀ ਹੋਈ ਸੀ ਅਤੇ ਜ਼ਾਲਮ ਕੋਰੜੇ ਮਾਰ ਮਾਰ ਕੇ ਹੱਸ ਰਹੇ ਸਨ। ਮੇਰੇ ਸਤਿਗੁਰੂ ਦਤਾਰ ਦਾ ਬੂਹਾ ਖੜਕਾਉਣ ਲਈ ਮਜਬੂਰ ਹੋ ਗਏ। ਸਤਿਗੁਰਾਂ ਨੇ ਅੱਖਾਂ ਬੰਦ ਕੀਤੀਆਂ, ਗੁਰਬਾਣੀ ਗਾਉਣ ਲੱਗੇ ਤੇ ਮੀਰ ਖਾਨ ਨੇ ਸਤਿਗੁਰੂ ਦੇ ਚਿਹਰੇ ਉੱਤੋਂ ਵੇਖ ਕੇ ਜਲਾਲ ਰੱਬੀ ਨੂਰ ਨੂੰ ਵੇਖ ਕੇ ਬਾਬਰ ਦੇ ਕੋਲੇ ਜਾ ਕੇ ਇਉਂ ਕਹਿੰਦਾ, ਬਈ ਮਰਦਾਨਾ ਰਬਾਬ ਜਾ ਰਿਹਾ ਤੇ ਸਤਿਗੁਰੂ ਦੀ ਚੱਕੀ ਆਪ ਚੱਲੀ ਜਾਂਦੀ ਹੈ। ਸਤਿਗੁਰੂ ਪਰਮਾਤਮਾ ਨੂੰ ਇੱਕ ਮਿੱਠਾ ਜਿਹਾ ਤਾਨਾ ਮਾਰ ਰਹੇ ਹੈ, ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਡਰਾਇਆ, ਆਪਾਂ ਦੋਸ ਨਾ ਦੇਈ ਕਰਤਾ ਜੰਮ ਕਰ ਮੁਗਲ ਚੜਾਇਆ, ਇਹਤੀ ਮਾਰ ਪਈ ਕੁਰਲਾਣਾ ਤੈਂ ਕੀ ਦਰਦ ਨਾ ਆਇਆ। ਇਹ ਸ਼ਬਦ ਸੁਣ ਕੇ ਬਾਬਰ ਘਾਇਲ ਹੋ ਗਿਆ, ਨਜ਼ਰਾਂ ਨਾਲ ਨਜ਼ਰਾਂ ਮਿਲੀਆਂ ਤੇ ਨਾਨਕ ਨਦਰੀ ਨਦਰ ਨਿਹਾਲ ਹੋ ਗਿਆ। ਉਹਨੇ ਸੋਚਿਆ ਜੋ ਸਾਈਂ ਰੱਬ ਨੂੰ ਖਰੀਆਂ ਖਰੀਆਂ ਸੁਣਾ ਸਕਦਾ ਹੈ ਤੇ ਫਿਰ ਮੈਂ ਕਿਹੜੇ ਬਾਗ ਦੀ ਮੂਲੀ ਹਾਂ। ਸਤਿਗੁਰਾਂ ਨੇ ਅੱਖਾਂ ਖੋਲੀਆਂ, ਕਿਹਾ ਬਾਦਸ਼ਾਹ
ਅਸੀਂ ਤੈਨੂੰ ਕੁਝ ਨਹੀਂ ਕਿਹਾ, ਅਸੀਂ ਤੇ ਆਪਣੇ ਯਾਰ ਦੀ ਦਰਗਾਹ ਵਿੱਚ ਗਿਲਾ ਕਰ ਰਹੇ ਹਾਂ ਜਿਸ ਨੇ ਤੈਨੂੰ ਬਲ ਤੇ ਹੰਕਾਰ ਬਖਸ਼ਿਆ ਏ। ਇਹ ਸੁਣ ਕੇ ਬਾਬਰ ਚਰਨਾਂ ਦੇ ਉੱਤੇ ਟੈਪਿਆ। ਸਤਿਗੁਰੂ ਬਾਬਰ ਨੂੰ ਕਹਿਣ ਲੱਗੇ, ਬਾਬਰ ਜਿਹੜੇ ਖੁਦਾ ਨੇ ਤੈਨੂੰ ਸ਼ਕਤੀ ਬਖਸ਼ੀ ਏ ਤੂੰ ਉਸ ਨੂੰ ਭੁੱਲ ਗਿਆ ਤੇ ਤੈਨੂੰ ਕੋਈ ਨਹੀਂ ਬਖਸ਼ ਸਕਦਾ। ਹਾਂ ਜੇ ਬਖਸ਼ ਸਕਦੇ ਆ ਤੇ ਜਿਨ੍ਹਾਂ ਦੇ ਤੈਂ ਘਰ ਉਡਾੜੇ ਆ, ਜਿਨ੍ਹਾਂ ਨੂੰ ਤਾਂ ਦੁੱਖ ਦਿੱਤਾ, ਇਹਨਾਂ ਨੂੰ ਮੋੜ ਕੇ ਵਸਾ, ਇਹਨਾਂ ਨੂੰ ਰਾਜੀ ਕਰ, ਇਹਨਾਂ ਨੂੰ ਖੁਸ਼ ਕਰ। ਇਹ ਸੁਣ ਕੇ ਬਾਬਰ ਨੇ ਸਾਰੇ ਕੈਦੀ ਛੱਡ ਦਿੱਤੇ ਤੇ ਲੁੱਟਿਆ ਮਾਲ ਗਰੀਬਾਂ ਵਿੱਚ ਵੰਡ ਦਿੱਤਾ ਤੇ ਸਤਿਗੁਰੂ ਦੇ ਚਰਨਾਂ ਦੇ ਉੱਤੇ ਸੀਸ ਝੁਕਾ ਦਿੱਤਾ। ਇੰਨਾ ਕੁਝ ਬੋਲਦੇ ਹੋਏ ਧੰਨਵਾਦ ਕਰੀਏ MG ਸਿਮਰਨ ਰਿਕਾਰਡਿੰਗ ਕੰਪਨੀ ਬਠਿੰਡਾ ਵਾਲਿਆਂ ਦੇ, ਆਪਣੇ ਜਥੇ ਸਮੇਤ ਗੁਰਬਖਸ਼ ਸਿੰਘ ਅਲਬੇਲਾ ਬੁਰਜ ਰਾਜਗੜ੍ਹ ਵਾਲਾ, ਬਲਦੇਵ ਸਿੰਘ ਬਿੱਲੂ ਜਾਨਪੁਰੀ, ਜਸਵੰਤ ਸਿੰਘ ਦੀਵਾਨਾ ਤੇ ਦਰਸ਼ਨ ਸਿੰਘ ਪੂਲਾ ਖੇਮਾ ਦੇ ਜਾਚਕਾਂ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।